ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਵੀਰ ਸ਼ੀਨਾ ਵਲੌਗ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਕਿੱਦਾਂ? ਸਭ ਠੀਕ ਠਾਕ ਹੋ? ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਜੇ ਮੈਂ ਤੁਹਾਨੂੰ ਯਾਦ ਨਾ ਕਰਾਉਂਦੀ ਤਾਂ ਸਿਲੰਡਰ ਫੇਰ ਰਹਿ ਜਾਣਾ ਨਾ ਘਰ ਹੀ। ਮੈਨੂੰ ਯਾਦ ਆ ਗਈ ਵੀ ਸਿਲੰਡਰ ਤਾਂ ਰੱਖਿਆ ਹੀ ਨਹੀਂ ਗੱਡੀ ਵਿੱਚ। ਫਰਨੀਚਰ ਦਾ ਐਵੇਂ ਤੁਸੀਂ ਕਹਿੰਦੇ ਨਹੀਂ ਵੀ ਉਹਨਾਂ ਵੀ ਕਰਿਆਨਿਆਂ ਦਾ ਹੀ ਖੋਲਿਆ ਅੰਮ੍ਰਿਤਸਰ ਚੱਲੀਏ ਕਿ ਫਿਰ ਕਿਸੇ ਦਿਨ ਜਾਵਾਂਗੇ ਆਪਣੀ ਮਰਜ਼ੀ ਦੇਖ ਲਓ। ਦਾਦੇ ਜਾਣਾ ਵਿਹਲੇ ਕਰਨਾ ਲੈ ਤਾਂ ਫ੍ਰੀ ਹੋ ਜਾਣ ਲਈ ਪਰ ਤੁਸੀਂ ਕਹਿੰਦੇ ਕਿ ਕਾਲੇ ਹੋਣਾ ਕਣਕ ਵਢਾਉਣੀ ਤੁਸੀਂ ਉੱਥੇ ਵੀ ਜਾਣਾ। ਰੀਤ ਵੀ ਰਹਿ ਗਿਆ ਘਰ ਹੀ ਉਹ ਚੰਗਾ ਭਲਾ ਤਿਆਰ ਹੋਇਆ ਹੋਇਆ ਕਹਿੰਦੀ ਵੀ ਮੈਂ ਹੁਣ ਜਾਣਾ ਦਾਦੀ ਮੰਮੀ ਨਾਲ ਉੱਤੇ ਉਹ ਮੰਮੀ ਆ ਗਏ ਹਨ ਤਾਂ ਫਿਰ ਮੰਮੀ ਨਾਲ ਚੱਲ ਗਈ। ਮੈਂ ਤੁਹਾਨੂੰ ਨਵਾ ਧਵਾ ਕੇ ਕੱਪੜੇ ਪਾਏ ਹੀ ਫਿਰ ਸਿਰ ਵਾਹ ਲੱਗੀ ਉਹਦਾ ਬੜੀ ਇੱਧਰੋਂ ਰੋਡ ਹੀ ਬੜਾ ਖਰਾਬ ਆ ਤੇ ਇੱਥੇ ਏਜੰਸੀ ਵਿੱਚ ਖਾਲੀ ਸਿਲੰਡਰ ਛੱਡ ਚੱਲੇ ਆਉਂਦੇ ਟਾਈਮ ਫੁੱਲ ਸਿਲੰਡਰ ਲੈ ਜਾਵਾਂਗੇ ਗੱਡੀ 'ਚ ਰਹਿ ਕੇ। ਪਹੁੰਚ ਗਏ ਹਾਂ ਜੀ ਅਸੀਂ ਆਧਾਰ ਸੁਪਰ ਮਾਰਕੀਟ। ਚਲੋ ਆਧਾਰ ਬਸ ਕਰੋ ਰੱਖ ਕੇ ਆਧਾਰ ਚੋਂ ਹੀ ਸਮਾਨ ਲਿਆ ਕੇ ਗੱਡੀ 'ਚ ਰੱਖ ਲਿਆ ਵਾ। ਹੁਣ ਦੇਖੋ ਬਾਜ਼ਾਰ ਚੋਂ ਹੀ ਕਦੀ ਕਦੀ ਸ਼ੋਪਿੰਗ ਕਰਨੀ। ਅੱਜ ਜੀ ਅਸੀਂ ਆਏ ਹਾਂ ਅਜਨਾਲੇ। ਅਜਨਾਲੇ ਉਹ ਲੈਣਾ ਸੀ ਆਧਾਰ ਵਿੱਚ ਥੋੜ੍ਹਾ ਜਿਹਾ ਸਮਾਨ, ਉਹ ਅਸੀਂ ਲੈ ਆਏ ਹਾਂ। ਹੁਣ ਜਗਦੀਪ ਜੀ ਗਏ ਆ ਸ਼ੋਪ 'ਤੇ ਰੰਬੀ ਲੈਣ। ਲੈ ਜੋ ਰੰਬੀ, ਚਲੋ ਵਧੀਆ। ਫਿਰ ਲਗਾਉਣੇ ਹੁੰਦੇ ਆ ਨਾ ਪਲਾਂਟਸ ਤਾਂ ਫਿਰ ਮੁਸ਼ਕਿਲ ਹੋ ਜਾਂਦੀ ਹੈ। ਚਲੋ ਹੁਣ ਮੈਨੂੰ ਅੱਜ ਨਾ ਸਬਜ਼ੀ ਦੇ ਵੀ ਲੈ ਕੇ ਦਿਓ ਬੂਟੇ, ਮਿਰਚਾਂ ਦੇ, ਹੋਰ ਵੀ ਜਿਹੜੇ ਜਿਹੜੇ ਮਿਲਦੇ ਆ। ਹਾਂ ਜਗਵੀਰ ਜੀ ਲੱਗੇ ਆ ਜੂਸ ਪੀਣ, ਜੂਸ ਦਾ ਆਰਡਰ ਦੇਣ ਲਈ ਗਏ ਆ। ਮੇਰੇ ਖਿਆਲ ਨਾਲ ਬਨਾਨਾ ਸ਼ੇਕ ਪੀਣਗੇ। ਮੈਂ ਬਨਾਨਾ ਸ਼ੇਕ ਮੈਨੂੰ ਪਸੰਦ ਨਹੀਂ ਆ, ਇਸ ਕਰਕੇ ਮੈਂ ਪੀਵਾਂਗੀ ਮਿਕਸ ਜੂਸ। ਮੇਰੇ ਲਈ ਜੂਸ ਤਾਂ ਆ ਗਿਆ ਜਗਵੀਰ ਜੀ, ਉਹਨਾਂ ਦਾ ਅਜੇ ਤੱਕ ਬਨਾਨਾ ਸ਼ੇਕ ਜਿਹੜਾ ਉਹ ਆਇਆ ਨਹੀਂ। ਜੂਸ ਬਹੁਤ ਜ਼ਿਆਦਾ ਟੇਸਟੀ ਨਾ, ਮੈਂ ਬਨਾਨਾ ਸ਼ੇਕ ਮੈਨੂੰ ਵਧੀਆ ਨਹੀਂ ਲੱਗਦਾ।
ਕਿੱਦਾਂ ਹੁੰਦੇ ਆ, ਹਾਈਬ੍ਰਿਡ ਹੈ ਕੀ ਆ? ਹਾਈਬ੍ਰਿਡ ਬੂਟੇ ਅਸੀਂ ਲੈ ਆਏ ਹਾਂ ਸਬਜ਼ੀਆਂ ਦੇ, ਹੁਣ ਤੁਹਾਨੂੰ ਘਰ ਜਾ ਕੇ ਬਤਾਵਾਂਗੇ ਕਿ ਕਿਹੜੇ ਕਿਹੜੇ ਬੂਟੇ ਲੈ ਕੇ ਆਏ। ਕਦੋਂ ਇਹੋ ਲਾ ਕੇ ਆਏ ਦਰਵਾਜ਼ੇ ਦਾ ਲੋਕ? ਹੁਣ ਚੇਂਜ ਕਰ ਲੈਣਗੇ ਜਾ ਕੇ ਸ਼ੋਪ ਤੇ ਬੈਠ ਗਏ। ਮਾਫੀ ਉਹ ਸਾਡੇ ਰਿਲੇਟਿਵ ਨੇ, ਇਸ ਕਰਕੇ ਉਹ ਬੈਠ ਗਏ ਤੇ ਗੱਪਸ਼ੱਪ ਚੱਲਣ ਲੱਗ ਗਈ ਹੈ। ਜਿੰਨਾ ਗੱਡੀ ਚ ਉਹਨਾਂ ਦਾ ਵੇਟ ਕਰਨ ਦੀ ਹਾਂ। ਅਤੇ ਜਿਹੜੀ ਇਸ ਨਾਲੇ ਸ਼ੋਪ ਆ ਇਹ ਮੇਰੇ ਮਾਮਾ ਇਹਨਾਂ ਦੇ ਬੇਟੇ ਦੀ ਹੈ। ਲੈ ਆਇਓ ਚੇਂਜ ਕਰਤਾ। ਕੀ ਕਹਿੰਦੇ ਤੁਸੀਂ? ਤਾਂ ਜਾ ਕੇ ਬੈਠ ਹੀ ਗਏ। ਮੈਂ ਇਹਨਾਂ ਨੇ ਹੁਣ ਲੱਗਦਾ ਟਾਈਮ ਲਾ ਕਾਫੀ ਟਾਈਮ ਹੋ ਗਿਆ ਇਹਨਾਂ ਨੇ ਦਵਾਏ ਨੂੰ, ਉਹ ਐ ਖਰਾਬ ਨਹੀਂ ਹੋਣਾ। ਹਾਂ ਉਹ ਤੁਹਾਨੂੰ ਪਤਾ ਫਿਰ ਬੱਚੇ ਜਿਹੜੇ ਨੇ ਉਹ ਵੀ ਉਹ ਕਰਦੇ ਨੇ ਨਾ ਜ਼ੋਰ ਨਾਲ ਦਰਵਾਜ਼ਾ ਬੰਦ ਕਰਕੇ ਹੋ ਗਿਆ। ਫਿਰ ਪੈਸੇ ਵੀ ਹੁਣ ਗਰੰਟੀ ਜਿਹੜੀ ਉਹਨਾਂ ਨੇ ਦਿੱਤੀ ਸੀ ਜਿੰਨਾ ਟਾਈਮ ਦੀ ਉਹ ਤਾਂ ਨਿਕਲ ਗਈ ਸੀ। ਉਹਨਾਂ ਨੇ ਉਹ ਤੁਹਾਨੂੰ ਕਿਹਾ ਵੀ ਲਿਆ ਕੇ ਚੇਂਜ ਕਰ ਦਿਓ ਕਰ ਦਿਓ। ਅੱਜ ਦਾ ਜਿਹੜਾ ਸਾਰਾ ਦਿਨ ਹੈ ਨਾ ਉਹ ਇਸ ਤਰ੍ਹਾਂ ਹੀ ਨਿਕਲ ਚੱਲਾ। ਹੁਣ ਜਗਬੀਰ ਜੀ ਜਿਹੜੇ ਨੇ ਉਹ ਗਏ ਨੇ ਆਪਣਾ ਫੋਨ ਜਿਹੜਾ ਉਹ ਖਾਣ। ਦਿਨ ਦੇ 3 ਵੱਜ ਚੁੱਕੇ, ਘਰੋਂ ਅਸੀਂ 1 ਦਾ ਟਾਈਮ ਹੋਇਆ ਜਦੋਂ ਅਸੀਂ ਘਰੋਂ ਚੱਲੇ। ਅਜੇ ਵੀ ਅਸੀਂ ਅਜਨਾਲੇ ਘੁੰਮਣ ਡਏ ਹਾਂ। ਹੋ ਗਿਆ ਠੀਕ? ਕੀ ਹੋਇਆ ਸੀ? ਕੋਈ ਨਹੀਂ, ਖਰਾਬ ਸੋਫਟਵੇਅਰ ਨਹੀਂ ਚੱਲਦਾ ਇਹਦਾ। ਹੁਣ ਠੀਕ ਤਰ੍ਹਾਂ ਖੇਲ ਲਿਆ? ਕੱਲ੍ਹ ਤੁਸੀਂ ਜਦੋਂ ਲੈ ਕੇ ਗਏ ਨਹੀਂ ਚੈੱਕ ਨਹੀਂ ਕੀਤਾ ਤੁਸੀਂ ਚਲਾ ਕੇ ਕਿ ਚੱਲਣ ਡਿਆ ਕਿ ਨਹੀਂ? ਜਗਬੀਰ ਜੀ ਨੂੰ ਮੈਂ ਕਿਹਾ ਵੀ ਬੱਚਿਆਂ ਲਈ ਖਾਣ ਲਈ ਲਿਆਓ ਕੁਝ, ਦੇਖੋ ਕੀ ਲੈ ਕੇ ਆਉਂਦੇ ਆ। ਫਿਰ ਸ਼ੋਪ 'ਤੇ ਇੱਕ ਤਾਂ ਟਾਈਮ ਹੀ ਬੜਾ ਲਗਾ ਦਿੰਦੇ ਆ। ਸਿਲੰਡਰ ਘਰ ਲੈ ਚੱਲਿਆ ਸੀ ਜਦੋਂ ਅਸੀਂ ਆਉਣ ਲੱਗੇ ਤਾਂ, ਹੁਣ ਜਦੋਂ ਵਾਪਸ ਚੱਲੇ ਹਾਂ ਤਾਂ ਸਿਲੰਡਰ ਲਿਆ ਹੀ ਨਹੀਂ ਤਾਂ ਵਾਪਸ ਚੱਲ ਚੱਲੇ ਹਾਂ ਘਰ ਜਾ ਕੇ। ਫਿਰ ਨਹੀਂ ਤਾਂ ਯਾਦ ਆਉਣੀ ਮੈਨੂੰ ਤਾਂ, ਇਹਨਾਂ ਸ਼ੋਕਾ ਰਸਤੇ ਵਿੱਚ ਯਾਦ ਆ ਗਈ ਰਹਿ ਗਿਆ ਸਿਲੰਡਰ ਲੈਣ ਵਾਲਾ। ਹੁਣ ਇੱਥੋਂ ਸਿਲੰਡਰ ਲੈਣ ਲੱਗੇ ਆ, ਇਹ ਵੀ ਉਹਨਾਂ ਦੀ ਏਜੰਸੀ ਆ ਸਿਲੰਡਰਾਂ ਵਾਲੀ। ਛੱਡ ਉੱਥੇ ਆਏ ਹਾਂ ਤਾਂ ਲੈ ਕੇ ਇੱਥੋਂ ਜਾਵਾਂਗੇ। ਰੱਖ ਦਿੱਤਾ ਹੁਣ ਗੱਡੀ ਦੀ ਡਿੱਗੀ ਸਿਲੰਡਰ ਲੈ ਕੇ
ਨਹੀਂ ਤਾਂ ਘਰ ਜਾ ਕੇ ਯਾਦ ਕਰਨਾ ਕਿ ਸਿਲੰਡਰ 'ਤੇ ਲਿਆ ਨਹੀਂ, ਰਸਤੇ 'ਚ ਯਾਦ ਆ ਕੇ ਚਲੋ ਸਿਲੰਡਰ ਲੈ ਲਿਆ, ਅਤੇ ਦੋਨੋਂ ਸਿਲੰਡਰ ਖਾਲੀ ਹੋ ਗਏ, ਦੂਸਰਾ ਘਰ ਖਾਲੀ ਪਿਆ, ਇਹ ਵੀ ਖਾਲੀ ਹੋ ਗਿਆ ਸੀ। ਮੋਰਨਿੰਗ ਵਿੱਚ ਪਹੁੰਚ ਗਏ ਹਾਂ ਜੀ ਅਸੀਂ ਘਰ, ਜਗਬੀਰ ਜੀ ਹੁਣਾਂ ਨੇ ਆਣ ਕੇ ਸਭ ਤੋਂ ਪਹਿਲਾਂ ਸਿਲੰਡਰ ਜਿਹੜਾ ਉਹਨੂੰ ਲਗਾਇਆ। ਇੱਥੇ ਰਹਿ ਗਿਆ ਇਹ ਟੌਫੀ ਖੋਲਦੀ ਹੈ, ਟਾਫੀ ਖੋਲ ਦਿੰਦੇ ਆਪਣੇ ਪੁੱਤ ਨੂੰ। ਸਤਿ ਸ਼੍ਰੀ ਅਕਾਲ ਕਰ ਦਿਓ ਪਹਿਲਾਂ ਸਾਰਿਆਂ ਨੂੰ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਰ ਦਿਓ। ਸਤਿ ਸ਼੍ਰੀ ਅਕਾਲ, ਲਿਆਓ ਖੋਲਦਾ ਟਾਫੀ, ਸਾਰਿਆਂ ਨੇ ਖਾਣੀਆਂ ਟਾਫੀਆਂ, ਬਾਕੀ ਰੱਖ ਦਿਓ, ਤੂੰ ਲੈ ਲਓ। ਹਾਂਜੀ ਜਿਹੜਾ ਸਮਾਨ ਲਿਆਂਦਾ ਸੀ ਅਜਨਾਲਿਓਂ ਉਹ ਸਾਰਾ ਇੱਥੇ ਰੱਖ ਦਿੱਤਾ, ਹੁਣ ਥੋੜ੍ਹੀ ਦੇਰ ਕਰਨੇ ਆ ਰੈਸਟ, ਫਿਰ ਇਹ ਸਮਾਨ ਨੂੰ ਖੋਲ੍ਹ ਕੇ ਰੱਖ ਦੇਵਾਂਗੇ ਜਿੱਥੇ ਜਿੱਥੇ ਸੈੱਟ ਕਰਨਾ। ਬਾਕੀ ਜਿਹੜੇ ਬੂਟੇ ਲਿਆਂਦੇ ਆ ਉਹਨਾਂ ਨੂੰ ਸ਼ਾਮ ਨੂੰ ਲਾ ਦੇਵਾਂਗੇ। ਡਾਇਪਰ ਵਾਲੇ ਪੈਕਟ ਦਾ ਰੇਤ ਘੋੜਾ ਬਣਿਆ, ਚਲੋ ਲਿਆਓ ਇੱਧਰ ਫੜਾਓ ਮੈਨੂੰ, ਚਲੋ ਆਓ ਫੜਾ ਦਿਓ, ਸ਼ਾਬਾਸ਼, ਆਜੋ ਮੇਰਾ ਪੁੱਤ, ਆਜੋ ਆਜੋ ਲਿਆਓ, ਸ਼ਾਬਾਸ਼, ਫੜਾ ਦਿਓ ਫੜਾ ਦਿਓ ਫੜਾ ਦਿਓ, ਲਿਆਓ ਲਿਆਓ ਫੜਾਓ ਫੜਾਓ ਇੱਧਰ ਲਿਆਓ, ਫੜਾ ਦਿਓ ਪੁੱਤ, ਚਲੋ ਫਿਰ ਤੁਸੀਂ ਰੱਖ ਆਓ, ਲਿਆਓ ਫੜੋ, ਆਓ ਲਿਆ ਕੇ ਚੱਲੀਏ, ਆਜੋ ਚਲੋ ਰੱਖ ਕੇ ਆਓ ਇੱਧਰ 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 ਇੱਧਰ, ਹਾਂਜੀ ਚਲੋ ਸਟੋਰ 'ਚ ਰੱਖਣਾ, ਇੱਧਰ ਲਿਆਓ ਰੀਤ, ਇੱਥੋਂ ਬਾਕੀ ਪੁੱਤ ਸਮਾਨ ਚੁੱਕਣਾ ਵਾ ਬਾਅਦ 'ਚ, ਚਲੋ ਮੈਨੂੰ ਕੌਫੀ ਪੀ ਲੈਂਦਾ, ਮੈਂ ਕੌਫੀ ਬਣਾ ਲਈ, ਚਲੋ ਆਜੋ ਲਿਆਓ, ਮੈਂ ਠਹਿਰ ਕੇ ਥੋੜ੍ਹੀ ਦੇਰ ਅਤੇ ਬਾਅਦ ਮੈਂ ਸਾਰਾ ਸਮਾਨ ਚੁੱਕਾਂਗੀ, ਚਲੋ। ਨਾ ਪੁੱਤ ਬਸ ਰਹਿਣ ਦਿਓ, ਆ ਰਹਿਣ ਦਿਓ ਤੁਸੀਂ, ਹਾਂ ਰੱਖ ਆਓ ਸਟੋਰ 'ਚ ਜਿਹੜਾ ਫੜਿਆ ਆ ਗਿਆ, ਹਾਂਜੀ ਰੀਤ ਹੁਣ ਲੇਸ ਖਾਣ ਡੇ ਨੇ, ਖਾ ਲਓ ਮੈਂ ਤੇ ਰੀਤ ਹੁਣ ਖਾਣ ਡੇ ਹਾਂ ਲੇਸ, ਨਾਲ ਮੈਂ ਪੀਣ ਡੀ ਹਾਂ ਕੌਫੀ, ਲਾਈਟ ਜਿਹੜੀ ਅਸੀਂ ਔਨ ਨਹੀਂ ਕੀਤੀ ਕਿਉਂਕਿ ਰੀਤ ਫਿਰ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੀ। ਰੀਤ ਇੱਧਰ ਇੱਧਰ ਆਓ, ਇੱਧਰ ਆਓ, ਗੱਲ ਸੁਣੋ, ਇੱਧਰ ਆਓ, ਤੁਸੀਂ ਸਗੋਂ ਲੇਟ ਹੀ ਗਏ, ਇੱਧਰ ਆਓ, ਇੱਧਰ ਮੇਰਾ ਪੁੱਤ, ਰੀਤ ਘਰ ਹੀ ਰਹਿ ਗਈ ਅੱਜ, ਇੱਧਰ ਆਓ ਗੱਲ ਸੁਣੋ, ਉੱਠ ਕੇ ਆ ਜਾਓ, ਫਿਰ ਮਿੱਠੀ ਕਰੀਏ, ਕੌਫੀ ਨਾ ਡਲਾ ਦਿਓ, ਆ ਜਾਓ ਇੱਧਰ ਆਓ ਮੇਰਾ ਪੁੱਤ, ਇੱਧਰ ਆ ਜਾਓ, ਮਿੱਠੀ ਕਰ ਲਈਏ ਨਾ, ਇੱਧਰ ਆਓ, ਨਹੀਂ ਫਿਰ ਮੰਮਾ ਨਾਲ ਨਾਰਾਜ਼ ਹੋ, ਇੱਧਰ ਆਓ ਇੱਧਰ ਮਿੱਠੀ ਕਰ ਲਓ, ਚਾਰਜ ਤਾਂ ਨਹੀਂ ਫੋਨ ਲਾਉਣਾ, ਤੁਸੀਂ ਪਾਵਰ ਬੈਂਕ ਨਾ ਫੜ ਕੇ ਲਿਆਓ, ਰੀਤ ਰਹਿਣ ਦਿਓ ਇਹਨੂੰ ਇੱਥੇ ਹੀ, ਪਾਪਾ ਨੇ ਰੱਖਿਆ, ਰਹਿਣ ਦਿਓ ਇੱਧਰ ਆ ਜਾਓ, ਮੇਰਾ ਫੋਨ ਚਾਰਜ ਹੀ ਆ, ਇੱਧਰ ਆ ਜਾਓ, ਹਾਂਜੀ ਇੱਧਰ ਆਓ, ਇੱਧਰ ਇੱਥੇ ਆਓ, ਹਾਂਜੀ ਇੱਥੇ ਆਓ ਤੁਸੀਂ, ਹਾਂਜੀ ਮੇਰਾ ਫੋਨ ਚਾਰਜ ਆ, ਹਾਂਜੀ ਚਾਰਜ ਆ, ਇੱਧਰ ਆਓ ਤੁਸੀਂ, ਹਾਂਜੀ ਇੱਥੇ ਆਓ, ਇੱਥੇ ਆਣ ਕੇ ਦੱਸੋ ਕੀ ਕਹਿੰਦੇ ਹੋ, ਮੇਰਾ ਫੋਨ ਚਾਰਜ ਹੀ, ਹਾਂਜੀ ਮੈਂ ਸਵੇਰੇ ਆਪਣੇ ਫੋਨ ਨੂੰ ਚਾਰਜਿੰਗ 'ਤੇ ਲਗਾਇਆ ਸੀ, ਮੇਰਾ ਫੋਨ
चार्ज हो चुका है। मेरे पुत्र टेंशन होन दी मम्मा ने, वो पापा ने पुत्र रखिया पावर बैंक। हाँ जी मेरे पुत, हाँ जी उत्थे रखिया मेरा छोना पुत। अनु वाला अनु 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 की करिए बोल बात है परेशान करते मेनू एदा मूह बना बना आवाजा कट कट पी अकविंदर जेडी है ना फिर बोलो एक बारी बोलो फिर इन्हों हों पी अकविंदर कित ना वीडियो जड़ी है ना दई है शूट कर परेशान करो ते भी चाहिए रहन दवे तो बाद च मैं लगी वो जो समान ही अज अजनाले तो लैके आए ही ओदी सैटिंग करके रखन मैं सोचा चलो तुहानू ही विखा दें तीन की शॉपिंग करके लिया ही अज ये बिचे मैनु परेशान करना स्टार्ट करता आज ही अज लिया सब्जिया के बूटे आज घिया कद्दू देने हरिया मिर्चा दे बैंगन ये बस अज सू बूटे मिले ही क्योंकि हूँ सब्जी जड़ी जिन्हें जिन्होंने बूटे लाने ही ला चुके हूँ बूटे घट ही आए ने सू इन्ने की मिले ही अं लेट लिया होर जी आ लिया बैंगन सब्जी ली ये तो बना के विखावे भरवें बैंगन रेसिपी है लिया जी सैलड ली ये लिया जी रंबी इनू पंजाबी मेरे ख्याल में खुरपा भी बोलते हैं प्योर पंजाबी वेच शायद खुरपा ही बोलते हैं ये जी है जड़ा दरवाजे का लॉक खराब होया ही वो लिया ये मेरे को भी निकल नहीं दिया जो तो दरवाजे लगा देंगे वो तुम विखावे और लॉबी वाले दरवाजे का खराब हो गया ही हूँ ही लिया अज चेंज करके ये जड़ा किचन का समान लिया वो भी तुम दिखाई हूँ मैं पिछों पेलो काट देव ये है जी हरी इलाची ब्रू गोल्ड कॉफी मस्टर्ड ऑयल मैगी MDH की देगी मिर्च कटर सब्जी कटन ली लाल मिर्ची नमकीन टाटा साल्ट गड़ी डिटर्जेंट कॉटन डिटॉल सॉप जो आलमंड एंड क्रीम सॉप रीतली शैम्पू हिमालय दा रीत दा बेबी सॉप हैंड वॉश लेमन फॉर सॉफ्ट एंड ब्यूटीफुल हैंड्स टाटा अग्नि टी ऐही जी जड़ी अं आज शॉपिंग करके लेके आए हैं इधरों अजे किचन का समान लैके आई दा इधरों खत्म भी हो जाता थोड़े दिन अजे होए अं आधार तो लैके आए हाँ किचन का समान अज फिर लैके आए ये जी अज का साडा ब्लॉग मिलेंगे तुम एक नवे ब्लॉग में जिन्हें जिन्होंने हाले तक साढ़े चैनल सबसक्राइब नहीं किया प्लीज़ साढ़े चैनल सबसक्राइब जरूर करो।